ਗੁਰੂ ਰੂਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੌਲਕ ਰਚਨਾ ਹੈ ਕਵਿਤਾ ਉਸ ਦੇ ਕੁਝ ਅੰਸ਼ ਵਿੱਚੋਂ ਵਿੱਚੋਂ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਹਾਂ ਤਾਂ ਜੋ ਸਾਨੂੰ ਚਾਹ ਉਠੇ ਉਹਨਾਂ ਦੀਆਂ ਲਿਖਤਾਂ ਪੜਨ ਦਾ ਕਵਿਤਾ ਕਿਸ ਨੂੰ ਕਹਿੰਦੇ ਹਨ ਪਿਆਰ ਵਿੱਚ ਮੋਹੇ ਹੋਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ ਪਿਆਰ ਵਿੱਚ ਮੋਹੇ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ ਕਵਿਤਾ ਕਿਵੇਂ ਉਦੇ ਆਉਂਦੀ ਹੈ ਜਿਵੇਂ ਸੂਰਜ ਨੀਲੇ ਸਮੁੰਦਰ ਵਿੱਚ ਡੁੱਬ ਕੇ ਉੱਪਰ ਆਉਂਦਾ ਹੈ ਤੇ ਸਾਰੇ ਸਮੁੰਦਰ ਦੀ ਡੋਬ ਉਹਦੇ ਚੜਾਓ ਵਿੱਚ ਡਲਕਦੀ ਹੈ ਤਿਵੇਂ ਕਵੀ ਦੇ ਦਿਲ ਸਮੁੰਦਰ ਦੀ ਰੰਗਣ ਨਾਲ ਡਲਕਦੀ ਕਵਿਤਾ ਉਦੇ ਆਉਂਦੀ ਹੈ ਹਾਂਜੀ ਕਵੀ ਦੇ ਦਿਲ ਸਮੁੰਦਰ ਦੀ ਰੰਗਣ ਨਾਲ ਡਲਕਦੀ ਕਵਿਤਾ ਉਦੇ ਹੁੰਦੀ ਹੈ ਇਕ ਅਨੰਤ ਦੀ ਦਰਵੇਤਾ ਵਿੱਚ ਕੁਲਿਆ ਹੋਇਆ ਕੋਈ ਆਲਾਪ ਹੈ ਤੇ ਉਹ ਕਦੀ ਕਦੀ ਸਦੀਆਂ ਵਿੱਚ ਇੱਕ ਵੇਰੀ ਇੱਕ ਅਚੰਭਾ ਕਰ ਦੇਣ ਵਾਲੀ ਸੁੱਤਿਆਂ ਦੇ ਰੂਹ ਜਗਾਉਣ ਵਾਲੀ ਕੋਈ ਇਲਾਹੀ ਸੁਰ ਦੀ ਛੇੜ ਹੈ ਤੇ ਉਹ ਦਿਲ ਨੂੰ ਖਿੱਚ ਪਾਉਂਦੀ ਹੈ ਜਿਸ ਤਰ੍ਹਾਂ ਇੱਕ ਹਰਣੀ ਮੂੰਹ ਉੱਚਾ ਕਰਕੇ ਵਿਛੜੇ ਸਾਥੀ ਦੀ ਆਵਾਜ਼ ਨੂੰ ਸੁਣਦੀ ਹੈ ਤੇ ਬਹਿਬਲ ਹੁੰਦੀ ਹੈ ਤੇਮਹੀ ਕਵੀ ਦੇ ਦਿਲ ਦੀ ਆਵਾਜ਼ ਸਦਿਆਂ ਦੇ ਕੰਨ ਖੜੇ ਕਰ ਦਿੰਦੀ ਹੈ ਸੁਰਤ ਨੂੰ ਖਿੱਚ ਪਾਉਂਦੀ ਹੈ ਕਵੀ ਦੇ ਦਿਲ ਦੀ ਆਵਾਜ਼ ਸੁਰਤ ਨੂੰ ਖਿੱਚ ਪਾਉਂਦੀ ਹੈ ਤੇ ਕੜਾਕਾ ਦੇ ਕੇ ਸੁਰਤ ਨੂੰ ਮਾਮੂਲੀ ਧਰਤੀ ਉਠਾ ਕੇ ਉੱਚਾ ਕਰਕੇ ਅੰਡਿੱਠੇ ਗਗਨਾ ਉੱਚੇ ਦਮਕ ਦੇ ਗਗਨਾ ਵਿੱਚ ਸਥਿਤੀ ਦੇ ਦਿੰਦੀ ਹੈ ਇਹ ਮਿੱਟੀ ਘਟਾ ਇਹ ਕਾਲਾਪਣ ਖਪ ਕ੍ਰਿਜ ਇਹ ਧੂੜ ਲਿਬੜੀ ਅਣਹਾਤੀ ਜਈ ਮਾਦੀ ਭਾਰੀ ਹਾਲਤ ਨੂੰ ਸਾਫ਼ ਸੁਥਰਾ ਕਰਕੇ ਹਲਕਾ ਫੁੱਲ ਕਰ ਦਿੰਦੀ ਹੈ ਜਿਸਮ થી ਉਠਾ ਬੰਦੇ ਨੂੰ ਰੂਹ ਵਿੱਚ ਪਾਇਮ ਕਰ ਦਿੰਦੀ ਹੈ ਬਸ ਐਸੀ ਕਵਿਤਾ ਦੀ ਆਵਾਜ਼ ਹੈ ਇਕ ਥਾਂ ਹੋਰ ਲਿਖਦੇ ਹਨ ਕਵਿਤਾ ਜੀਵਨ ਰੰਗ ਹੈ ਇਸ ਇੱਕ ਸੱਤਰ ਲਈ ਵਰਿਆਂ ਬੱਦੀ ਬਿਰਹਾ ਦੀ ਚੀਣੀ ਬਾਣ ਵਰਖਾ ਸਹਿਣੀ ਪੈਂਦੀ ਹੈ ਸਾਰੀ ਉਮਰ ਬੀਤ ਜਾਏ ਤੇ ਇੱਕ ਪੱਕੇ ਫਲ ਵਾਂਗ ਕੋਈ ਬਚਨ ਕਹੇ ਹਾਂਜੀ ਸਾਰੀ ਉਮਰ ਬੀਤ ਜਾਏ ਤੇ ਇੱਕ ਪੱਕੇ ਫਲ ਵਾਂਗ ਕੋਈ ਬਚਨ ਕਹੇ ਉਸ ਵਿੱਚ ਸਾਰੀ ਉਮਰ ਦੀ ਸੁਰਤ ਦਾ ਤਜਰਬਾ ਗਾਉਂਦਾ ਹੈ ਤੇ ਉਸ ਬਚਨ ਵਿੱਚ ਰੂਹ ਦੀ ਸਾਰੀ ਤਾਕਤ ਹੁੰਦੀ ਹੈ ਤੇ ਭਾਵੇਂ ਇਹ ਕਵਿਤਾ ਅਕਲ ਨੂੰ ਨਾ ਵੀ ਉਕਸਾਵੇ ਪਰ ਰੂਹ ਦੀ ਪਾਲਣਾ ਕਰਦੀ ਹੈ ਸੁੱਤੀਆਂ ਕਲਾ ਨੂੰ ਜਗਾਉਂਦੀ ਹੈ ਦਿਲ ਦੇ ਦੀਵੇ ਬਾਲਦੀ ਹੈ ਤੇ ਠਟਿਆਂ ਨੂੰ ਆਸਰਾ ਦੇਂਦੀ ਹੈ ਸਿੱਧਕ ਆਪ ਮੁਹਾਰਾ ਆਉਂਦਾ ਹੈ ਬਿਨਾਂ ਦਲੀਲਾਂ ਦੇ ਤੇ ਅਕਲੀ ਸਮਝੋਤਿਆਂ ਦੇ ਸਹਿਜ ਸੁਭਾਅ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਸੱਚ ਹੈ ਤੇ ਜਦ ਇਹੋ ਜੇ ਵਚਨਾਂ ਨੂੰ ਮੁੜ-ਮੁੜ ਪੜੀਏ ਉਹ ਸਦਾ ਨਵੀਂ ਚਮਕ ਤੇ ਉਜਲਤਾ ਰੂ ਨੂੰ ਦਿੰਦੇ ਹਨ ਹਾਂਜੀ ਤੇ ਜਦ ਇਹੋ ਜੇ ਵਚਨਾਂ ਨੂੰ ਮੁੜ-ਮੁੜ ਪੜੀਏ ਉਸਦਾ ਨਵੀਂ ਚਮਕ ਤੇ ਉਜਲਤਾ ਰੂਹ ਨੂੰ ਦਿੰਦੇ ਹਨ ਵਿਪਤਾ ਵੇਲੇ ਉਹਨਾਂ ਨੂੰ ਮੁੜ ਮੁੜ ਛੋਣ ਤੇ ਦਿਲ ਕਰਦਾ ਹੈ ਤੇ ਉਹਨਾਂ ਵਚਨਾਂ ਦੇ ਪਾਠ ਵਿੱਚ ਰੂਹਾਂ ਨੂੰ ਆਰਾਮ ਮਿਲਦਾ ਹੈ ਇੱਕ ਥਾਂ ਹੋਰ ਲਿਖਿਆ ਹੈ ਪ੍ਰਹਿਲਾਦ ਸਾਧ ਵਚਨਾਂ ਦੇ ਸਿਮਰਨ ਵਿੱਚ ਬਿਲੇਟਿਆ ਕਜਿਆ ਤੇ ਉਸ ਰੱਛਿਆ ਨੂੰ ਪਾ ਕੇ ਜਦ ਬਲਦੀ ਅਗ ਵਿੱਚ ਗਿਆ ਅਗ ਠੰਡੀ ਹੋ ਗਈ ਇਹ ਅਸਰ ਸੂਚੀ ਕਵਿਤਾ ਦਾ ਹੈ ਜਦ ਉਹ ਸਾਡੇ ਨਾਲ ਹੋਵੇ ਤਦ ਆਸਾ ਤ੍ਰਿਸ਼ਨਾ ਵਿੱਚ ਜਲਦੇ ਜਗਤ ਵਿੱਚ ਰਹਿੰਦੇ ਹੋਏ ਵੀ ਅਸੀਂ ਠੰਡੇ ਤੇ ਹਲਕੇ ਤੇ ਦੇਵੀ ਅਵਸਥਾ ਵਿੱਚ ਦਿਨ ਸੋਹਣੇ ਕੱਟ ਸਕਦੇ ਹਾਂ ਤੇ ਇਹੋ ਜੀ ਇਲਾਹੀ ਕਵਿਤਾ ਕੌਣ ਪੜ ਸਕਦੇ ਹਨ ਕਵਿਤਾ ਦੇ ਕਰਤਾ ਤਾਂ ਇਲਾਹੀ ਲੋਕ ਹੋਏ ਪਰ ਕਵਿਤਾ ਦੇ ਪਾਠ ਕਰਨ ਵਾਲਿਆਂ ਦੇ ਦਿਲ ਵਿੱਚ ਸਥਾਈ ਪਾਉ ਨਮਰਤਾ ਮਿਠਤ ਗਰੀਬੀ त्याग वैराग्य ਤੇ ਚਾ ਮਿਲਵਾ ਹੋਣਾ ਲੋੜੀਂਦਾ ਹੈ ਹਾਂਜੀ ਕਵਿਤਾ ਦਾ ਪਾਠ ਕਰਨ ਵਾਲੇ ਕਿਹੋ ਜਿਹੋਣੇ ਚਾਹੀਦੇ ਹਨ ਕਵਿਤਾ ਦੇ ਕਰਤਾ ਤਾਂ ਇਲਾਹੀ ਲੋਕ ਹੋਏ ਪਰ ਕਵਿਤਾ ਦੇ ਪਾਠ ਕਰਨ ਵਾਲਿਆਂ ਦੇ ਦਿਲ ਵਿੱਚ ਸਥਾਈ ਭਾਵ ਦਇਆ ਨਿਮਰਤਾ ਮਿੱਠ ਗਰੀਬੀ ਤਿਆਗ वैराग्य ਤੇ ਚਾ ਮਿਲਵਾ ਹੋਣਾ ਲੋੜੀਂਦਾ ਹੈ ਕਵਿਤਾ ਪੜਨ ਵਾਲਿਆਂ ਦੇ ਦਿਲ ਇੱਕ ਵਗਦੇ ਚਸ਼ਮੇ ਵਾਂਗ ਸਦਾ ਠੰਡ ਤੇ ਨਿਰਮਲ ਲੋੜੀਏ ਕਵੀ ਦੇ ਮਿੱਠੇ ਬਚਨਾਂ ਦਾ ਪਾਠ ਤਦ ਕਰ ਸਕਦੇ ਹਾਂ ਜਦ ਖੁਦਗਰਜ਼ੀ ਕਸ਼ਮਕਸ਼ ਵੈਰ ਵਿਰੋਧ ਤੇ ਦੁਨੀਆਦਾਰੀ ਦੀਆਂ ਕਮੀਨੀਆਂ ਕਬਰਾਟਾਂ ਦਾ ਕਟਾ ਦਿਲ થી ਸਾਫ਼ ਹੋ ਚੁੱਕਿਆ ਹੋਵੇ ਅੱਖ ਵਿੱਚ ਕੋਈ ਜਵਾਲਾ ਲਿਸ਼ਕਾ ਮਾਰਦੀ ਹੋਵੇ ਦਿਲ ਵਿੱਚ ਬੇਹਬਲਤਾ ਹੋਵੇ ਹੱਥ ਪੈਰ ਅਚਲ ਚਾ ਵਿੱਚ ਚੰਚਲ ਹੋਣ ਤੇ ਰੂਹ ਕਿਸੇ ਮੌਤ ਵਰਗੇ ਪਿਆਰ ਵਿੱਚ ਖਿੱਚਿਆ ਹੋਵੇ ਜਿਹੜੇ ਇਸ ਦੁਨੀਆ ਦੇ ਕੂੜੇ ਠੋਸ ਪਦਾਰਥਾਂ ਨੂੰ ਸੱਚ ਵੇਖ ਰਹੇ ਹਨ ਉਹਨਾਂ ਦੇ ਉਹ ਨੈਣ ਨਹੀਂ ਹਨ ਜੋ ਕਵੀ ਨੂੰ ਪਛਾਣ ਸਕਣ ਹਾਂਜੀ ਜਿਹੜੇ ਇਸ ਦੁਨੀਆ ਦੇ ਕੂੜੇ ਠੋਸ ਪਦਾਰਥਾਂ ਨੂੰ ਸੱਚ ਵੇਖ ਰਹੇ ਹਨ ਉਹਨਾਂ ਦੇ ਉਹ ਨੈਣ ਨਹੀਂ ਹਨ ਜੋ ਕਵੀ ਨੂੰ ਪਛਾਣ ਸਕਣ ਫਰਕ ਦੇਖੋ ਇਹਨਾਂ ਲਈ ਤਾਂ ਦਿਸਣ ਪਿਸਣ ਦੇ ਝਮੇਲੇ ਸੱਚ ਤੇ ਕਵੀ ਲਈ ਇਹ ਸਭ ਕੂੜ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕਵੀ ਦਾ ਸੱਚ ਇਹ ਨਹੀਂ ਹੈ ਉਹ ਹੈ ਸੱਚ ਤਾਂ ਪਰ ਜਾਣੀਐ ਜਾਂ ਸੱਚ ਤਰੇ ਪਿਆਰ ਨਾ ਸੁਣਮਨ ਰਹਿਸੀਐ ਤਾਂ ਪਾਵੇ ਮੁਖ ਦਵਾਰ ਖੁੱਲੇ ਲੈ ਕਿਤਾਬ ਵਿੱਚ ਅੰਕਿਤ ਹੈ ਸਵਾਭ ਜੀ ਨੂੰ ਸੁਨਿਮਰ ਬੇਨਤੀ ਹੈ ਕਿ ਉਹ ਪੂਰੀ ਕਿਤਾਬ ਨੂੰ ਲਿਜਾ ਕੇ ਉਸ ਦਾ ਆਨੰਦ ਵੀ ਮਾਣੀਏ ਤੇ ਉਸ ਤੋਂ ਸੇਧ ਲਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ